ਨਹੀਂ ਰਹਿ ਸਕਦਾ ਵੀਰ ਜੀ, ਮੈਂ ਤੇ ਬੱਚਿਆਂ ਦੀ ਹਾਲਤ ਦੇਖੀ ਨਹੀਂ ਜਾਂਦੀ। ਆਪਾਂ ਇੰਨੇ ਗਏ ਗੁਜਰੇ ਹੋ ਗਏ ਕਿ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ। ਵਕਤ ਦੀ ਮਾਰ ਤਾਂ ਵੱਡਾ ਵੱਡਾ ਤੇ ਪੈ ਜਾਂਦੀ ਹੈ। ਇਸ ਵਕਤ ਨੇ ਤਾਂ ਪੀਰ ਪੈਗੰਬਰ ਨਹੀਂ ਬਖਸ਼ੇ। ਕਮਲਿਆ, ਸਾਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਉਹ ਪਾਉਣਾ ਹਾਰੀ ਦੁੱਧਾ ਧਾਰੀ ਸਾਡੇ ਅੰਗ ਸੰਗ ਨੇ। ਬਈ ਮੈਂ ਆਪਾਂ ਅੱਜ ਤੁਹਾਡੇ ਤੇ ਬੋਝ ਨਹੀਂ ਬਣੂਗਾ। ਮੈਂ ਕੱਲਾ ਇੱਥੋਂ ਕਿਤੇ ਦੂਰ ਚਲਿਆ ਜਾਊਂਗਾ। ਕੀ ਕਿਹਾ, ਕਦੇ ਭਰਾ ਵੀ ਭਰਾਵਾਂ ਤੇ ਬੋਝ ਹੁੰਦੇ ਨੇ। ਓਏ, ਨਿੱਕੇ ਹੁੰਦੇ ਦਾ ਪਿਓ ਮਰ ਗਿਆ ਸੀ, ਮੈਂ ਤੈਨੂੰ ਐਡੇ ਕੁ ਨੂੰ ਪਾਲਿਆ, ਐਡੇ ਕੁ ਨੂੰ ਪਾਲਿਆ ਮੈਂ ਤੈਨੂੰ। ਮੈਨੂੰ ਮਾਫ ਕਰ ਦੋ ਵੀਰ ਜੀ, ਮੈਨੂੰ ਮਾਫ ਕਰ ਦੋ ਵੀਰ ਜੀ। ਦੀਪ, ਫੈਕਟਰੀਆਂ ਤਬਾਹ ਹੋ ਗਈਆਂ, ਸਭ ਕੁਝ ਆਚਰ ਨਾਚਰ ਤਬਾਹ ਹੋ ਗਿਆ। ਮੈਂ ਕਦੇ ਨਹੀਂ ਹਾਰਿਆ, ਅੱਜ ਪਹਿਲੀ ਵਾਰੀ ਦਿਲ ਤੇ ਸੱਟ ਲੱਗੀ ਹੈ, ਪਹਿਲੀ ਵਾਰੀ ਦਿਲ ਤੇ ਸੱਟ ਲੱਗੀ ਹੈ। ਮੈਂ ਤੁਹਾਡੇ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਮਾਫ ਕਰ ਦੋ ਜੀ, ਜਾਏ ਬਾਬਾ ਬਾਲਕ ਨਾਥ। ਕੀ ਸੋਚ ਰਿਹਾ ਰਿਸ਼ੀ, ਲੱਗਦਾ ਤੂੰ ਪਰੇਸ਼ਾਨ ਹੈ, ਮੰਨ ਜਾ ਤੂੰ ਹਾਰ ਚੁੱਕਾ ਹੈ। ਨਹੀਂ ਮਹਾਰਾਜ, ਮੈਂ ਕਦੇ ਨਹੀਂ ਹਾਰ ਸਕਦਾ, ਕਿਉਂਕਿ ਮੈਂ ਤੁਹਾਡਾ ਸਭ ਤੋਂ ਵੱਡਾ ਭਗਤ ਹਾਂ। ਮੇਰੀ ਹਾਰ ਮੇਰਾ ਅਪਮਾਨ ਹੈ ਤੇ ਮੇਰੀ ਜਿੱਤ ਤੁਹਾਡਾ ਮਾਣ ਹੈ ਮਹਾਰਾਜ। ਤੂੰ ਉਹਨਾਂ ਦੇ ਕਿੰਨੇ ਇਮਤਿਹਾਨ ਲਏ, ਤੂੰ ਉਹਨਾਂ ਨੂੰ ਕੰਗਾਲ ਕਰ ਦਿੱਤਾ, ਫਿਰ ਵੀ ਤੂੰ ਉਹਨਾਂ ਦਾ ਵਿਸ਼ਵਾਸ ਨਹੀਂ ਤੋੜ ਸਕਿਆ। ਪਤਾ ਨਹੀਂ ਉਹ ਕਿਸ ਮਿੱਟੀ ਦੇ ਬਣੇ ਹੋਏ ਨੇ, ਪਰ ਮੈਂ ਵੀ ਹਾਰ ਮੰਨਣ ਵਾਲਾ ਨਹੀਂ ਮਹਾਰਾਜ। ਤੇਰੀ ਭਗਤੀ ਵਿੱਚ ਹੰਕਾਰ ਹੈ, ਉਹਨਾਂ ਦੀ ਭਗਤੀ ਵਿੱਚ ਸ਼ਰਧਾ ਵਿਸ਼ਵਾਸ ਹੈ। ਮੈਂ ਉਹਨਾਂ ਦਾ ਵਿਸ਼ਵਾਸ ਤੋੜ ਕੇ ਹੀ ਰਹਾਂਗਾ ਮਹਾਰਾਜ। ਜਿਸ ਤਰ੍ਹਾਂ ਮਾਂ ਬਾਪ ਨੂੰ ਚੰਗੀ ਔਲਾਦ ਤੇ ਮਾਣ ਹੁੰਦਾ ਹੈ, ਉਸੇ ਤਰ੍ਹਾਂ ਸੱਚੇ ਭਗਤਾਂ ਦੇ ਸਾਨੂੰ ਮਾਣ ਹੁੰਦਾ ਹੈ। ਤੁਹਾਡਾ ਸੱਚਾ ਭਗਤ ਸਿਰਫ ਮੈਂ ਹਾਂ ਮਹਾਰਾਜ, ਤੁਹਾਨੂੰ ਮੇਰੇ ਤੇ ਮਾਣ ਹੋਏਗਾ। ਜਾਏ ਬਾਬਾ ਬਾਲਕ ਨਾਥ। ਹੁਣ ਦੇਖਦਾ ਮੈਂ ਕਿ ਮੇਰੀ ਟੁੱਟੇਗਾ ਉਹਨਾਂ ਦਾ ਮਾਣ। ਅਮਰ ਬਾਬੂ ਜੀ, ਅਮਰ ਬਾਬੂ ਜੀ, ਪੁਲਿਸ ਸਾਡੇ ਪਿੱਛੇ ਲੱਗੀ ਹੋਈ ਹੈ ਜੀ, ਅਸੀਂ ਤੁਹਾਡੇ ਮੂਹਰੇ ਹੱਥ ਜੋੜਦੇ ਹਾਂ, ਸਾਨੂੰ ਪੁਲਿਸ ਤੋਂ ਬਚਾ ਲਓ ਜੀ। ਸਾਨੂੰ ਬਚਾ ਲਓ ਬਾਬੂ ਜੀ, ਪੁਲਿਸ ਸਾਡਾ ਪਿੱਛਾ ਕਰ ਰਹੀ ਹੈ, ਅਸੀਂ ਬਚਦੇ ਬਚਾਉਂਦੇ ਤੁਹਾਡੇ ਕੋਲ ਆਏ, ਤੁਹਾਨੂੰ ਬਾਬਾ ਬਾਲਕ ਨਾਥ ਜੀ ਤੋਂ ਸਾਨੂੰ ਬਚਾ ਲਓ ਜੀ। ਹਾਂ ਓਏ, ਤੂੰ ਦੋ ਪਕੌੜੇ ਦੇਖੇ ਨੇ? ਪਕੌੜੇ? ਪਕੌੜੇ ਕੀ ਜੀ? ਉਹ ਪਕੌੜੇ ਨਹੀਂ ਹੈਗੇ, ਉਹ ਦੋ ਬਹੁਤ ਵੱਡੇ ਚੋਰ ਨੇ। ਚੋਰ? ਉਹ ਇੱਕ ਘਰ ਚੋਂ ਗਹਿਣੇ ਚੋਰੀ ਕਰਕੇ ਭੱਜੇ ਹੋਏ ਨੇ। ਅੱਛਾ ਜੀ, ਛੱਟੀਆਂ ਲੈ ਕੇ ਆ ਰਿਹਾ ਸੀ, ਬੱਚਿਆਂ ਨੂੰ ਠੰਡ ਲੱਗ ਰਹੀ ਸੀ। ਹਾਂ, ਦੋ ਮੁੰਡੇ ਵੇਖੇ ਸੀ ਪਾੜੇ ਜੇ, ਇੱਧਰ ਨੂੰ ਗਏ ਨੇ। ਚਲ ਉਹ ਨੱਥਾ ਸਿਆ ਫੜੀਏ ਕੰਜਰਾਂ ਨੂੰ, ਚੱਲ ਚੱਲ ਚੱਲ। ਅਮਰ ਬਾਬੂ ਜੀ, ਤੁਸੀਂ ਸਾਡੀ ਚੋਰੀ ਛੁਪਾ ਕੇ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ ਜੀ, ਜੇ ਕਿਤੇ ਅਸੀਂ ਫੜੇ ਜਾਂਦੇ ਤਾਂ। ਚੋਰੀ? ਤੁਸੀਂ ਚੋਰੀ ਕਿਉਂ ਕੀਤੀ ਹੈ ਤੁਸੀਂ? ਜਦੋਂ ਦੀ ਤੁਹਾਡੀ ਫੈਕਟਰੀ ਨੂੰ ਅੱਗ ਲੱਗੀ ਹੈ, ਸਾਨੂੰ ਕਿਤੇ ਵੀ ਕੰਮ ਨਹੀਂ ਮਿਲਿਆ, ਅਸੀਂ ਬੇਰੁਜ਼ਗਾਰ, ਘਰ ਦੇ ਖਰਚ, ਘਰ 'ਚ ਇਕੱਲਾ ਮੈਂ ਹੀ ਕਮਾਉਣ ਵਾਲਾ, ਤੇ ਉੱਤੋਂ ਮਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣਾ। ਘਰ ਦੀ ਗਰੀਬੀ ਨੇ ਸਾਡਾ ਲੱਕ ਤੋੜ ਛੱਡਿਆ। ਅਸੀਂ ਪੜ੍ਹੇ ਲਿਖੇ, ਮਿਹਨਤ ਮਜ਼ਦੂਰੀ ਕਰਦਿਆਂ ਸਾਨੂੰ ਸ਼ਰਮ ਆਉਂਦੀ ਹੈ ਜੀ। ਚੋਰੀ ਕਰਦਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ?
मैं बकता मारिया होया रिक्शा चला के सारे टब्बर का पेट पालता मैं ते तुसी दिहाड़ी नहीं कर सकते साडे नाल जेड़े भी पढ़ते सीगे हो सानू मजाक करनगे के तुसी दिहाड़ी कर दे हो कम दा कोई मेना नहीं हुंदा चाहे बूट पालशां करिए जा फिर रेड़ी लाइए रोटी हक दी खानी चाहिंदी है दुनिया विच किन्ने मजदूर ने जो सारे तुहाडे वांग चोरियां कर लग जान ता फिर देश दा की बनूगा देश नू प्रधानमंत्री नहीं चलाउंदा मजदूर चलाउंदे ने मजदूर नाले देश नू मेहनत करन वाले हत्थां दी जरूरत है चोरां दी जरूरत नहीं अमर भाऊ जी असी कसम खाने हां कि आज तो बाद असी चोरी नहीं करांगे हां बाबूजी आज तो बाद असी मेहनत मजदूरी करांगे ठीक है ते फिर जाओ जिस ते तुसी गहने चोरी करके आयो ओदे गहने वापस करके आओ जाओ अमर बाबूजी ਤੁਸੀਂ ਸਾਡੀਆਂ ਅੱਖਾਂ ਖੋਲ ਕੇ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਜੀ ਅਸੀਂ ਹੁਣ ਚੱਲਦੇ ਹਾਂ ਚਲੋ ਬਾਬਾ ਬਾਲਕ ਨਾਥ ਤੁਹਾਡੀਆਂ ਸਾਰੀਆਂ ਗਲਤੀਆਂ ਮਾਫ ਕਰੇਗਾ ਉਹ ਪਾਉਣਾ ਹਾਰੀ ਤੁੱਤਾ ਧਾਰੀ ਸਭ ਦੀਆਂ ਗਲਤੀਆਂ ਮਾਫ ਕਰਦਾ ਹੈ जय जय बाबा बालक नाथ जय जय बाबा बालक नाथ जी तबीयत ठीक नहीं लगती बुखार हाय मैं मर जा दवाई तो ले लेनी सी गोली तो ले ली थी बुखार आले आटा जवाका नु रोटी लागे खवा दे नाले दे जो दूध है बेबी नु तत्ता करके पिला दे जवाक तो बिरबिर कर दे भूखे सोंगे मैं तो उन्हां दी हाल देख ही नहीं जांदी बस बाबा भली करूंगा देखो तो सही तुसी किन्ने कमजोर हो गए हो ते अखां देखो किवें विच नूं वड़ गईआं ने मेरी गल सुनो कल नूं तुसी रिक्शा नहीं चलाउणा फिर करदा गुजारा किवें चलूगा डॉक्टर तो चेक करवा लो मैं किन्नी वारी तुहानूं कहा जे कोई रोग लग गया तां असीं कित्थे नूं जावांगे ओ किधरे नहीं मेरे गोली बज्जी मामूली जिहा बुखार है उतर जुगा भाई 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 वीर जी हो गया तो नो क्यों है वीर जी वीर जी वीर जी वीर जी ਖੂਨ ਮੈਂ ਕਿੱਦੇ ਦੀ ਕਹੀ ਜਾਨੀ ਆ ਤੂੰ ਦਵਾਈ ਲੈ ਲਓ ਉਹ ਕੁਝ ਨਹੀਂ ਹੋਇਆ ਮੈਨੂੰ ਮਾਮੂਲੀ ਜਿਹਾ ਬੁਖਾਰ ਸੀ ਅੱਜ ਨਿਰਨੇ ਕਾਲ 'ਚ ਰਿਕਸ਼ਾ ਚਲਾ ਲਿਆ ਅੰਦਰਾਂ ਕੱਟੀਆਂ ਹੋ ਗਈਆਂ ਮੈਂ ਤਾਂ ਕਹਿੰਦੀ ਹਾਂ ਜੀ ਤੁਸੀਂ ਵੀਰ ਜੀ ਨੂੰ ਹਸਪਤਾਲ ਦਾਖਲ ਕਰਾਓ ਮੈਨੂੰ ਤਾਂ ਖਤਰੇ ਵਾਲੀ ਗੱਲ ਲੱਗਦੀ ਹੈ ਹਾਂ ਮੈਂ ਅੱਜ ਹੀ ਲੈ ਕੇ ਜਾਊਂਗਾ ਬਾਈ ਨੂੰ ਹਸਪਤਾਲ ਉਹ ਕੁਝ ਨਹੀਂ ਹੋਇਆ ਮੈਨੂੰ ਕੀ ਹੋਇਆ
तुसी क्यों नहीं मानते? बाबा पैसे दा आपे हल कर दूं।